ਸਭ ਤੋਂ ਪਹਿਲਾਂ ਮੈਂ ਸਾਰੀ ਗੁਰਦਾਸਪੁਰ ਦੀ ਪ੍ਰੈਸ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਸਾਰੀ ਜਿਹੜੀ ਪ੍ਰੈਸ ਹੈ ਗੁਰਦਾਸਪੁਰ ਦੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਈ। ਅੱਜ ਅਸੀਂ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਦਾਖਲ ਕਰਨੇ ਆ ਔਰ ਸਾਰੀ ਸਾਡੀ ਲੀਡਰਸ਼ਿਪ ਦਾ ਸਾਂਝੇ ਤੌਰ ਤੇ ਫੈਸਲਾ ਸੀ ਕਿ ਅਸੀਂ ਕੋਈ ਵੱਡਾ ਇਕੱਠ ਨਹੀਂ ਕਰਨਾ, ਜੋ ਕਮਿਸ਼ਨ ਦੀਆਂ ਹਦਾਇਤਾਂ ਉਹਦੇ ਮੁਤਾਬਕ ਅਸੀਂ ਜਿਹੜਾ ਅੰਦਰ ਸਿਰਫ ਜ਼ਿੰਮੇਵਾਰ ਚਾਰ ਪੰਜ ਸਾਥੀ ਜਾ ਕੇ ਉਹ ਅਸੀਂ ਫਾਈਲ ਕਰਾਂਗੇ। ਸਾਰੇ ਮੇਰੇ ਸੀਨੀਅਰ ਸਾਥੀ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾਲੀ ਸਾਹਿਬ, ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ ਸਾਹਿਬ, ਜ਼ਿਲ੍ਹੇ ਦੇ ਸਾਡੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਜੀ ਸੰਧੂ ਸਾਹਿਬ, ਨਰੇਸ਼ ਮਹਾਜਨ ਜੀ, ਸਰਦਾਰ ਗੁਰਇਕਬਾਲ ਸਿੰਘ ਬਾਲ ਸਾਹਿਬ, ਕਮਲਜੀਤ ਚਾਵੜਾ ਜੀ, ਸੁਰਿੰਦਰ ਸਿੰਘ ਮਿੰਟਾ ਜੀ, ਸਾਬਕਾ MLA ਅਸ਼ੋਕ ਸ਼ਰਮਾ ਜੀ ਪਠਾਨਕੋਟ ਤੋਂ, ਰਾਜ ਕੁਮਾਰ ਗੁਪਤਾ ਜੀ, ਰਵੀ ਮੋਹਨ ਜੀ, ਸਰਦਾਰ ਨਰਿੰਦਰ ਸਿੰਘ ਜੀ ਬਾੜਾ ਸਾਹਿਬ, ਜਸਬੀਰ ਸਿੰਘ ਘੁੰਮਣ ਜੀ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਜੀ, ਯੂਥ ਅਕਾਲੀ ਦਲ ਦੇ ਪ੍ਰੈਜੀਡੈਂਟ ਜਗਰੂਪ ਸਿੰਘ ਜੀ, SS ਵਾਲਾ ਸਾਹਿਬ, ਸੁਰਜੀਤ ਸਿੰਘ ਜੀ ਤੁਗਲਵਾਲਾ ਸਾਹਿਬ ਸਾਡੇ HEPC ਦੇ ਮੈਂਬਰ, ਬੀਬੀ ਜਗਿੰਦਰ ਕੌਰ SGPC ਮੈਂਬਰ, ਸਰਦਾਰ ਗੁਰਨਾਮ ਸਿੰਘ ਜੱਸਰ SGPC ਮੈਂਬਰ ਤੇ ਸਾਰੀ ਸਾਡੀ ਜਿੰਨੀ ਜ਼ਿਲ੍ਹੇ ਦੀ ਕਰੀਮ ਹੈ, ਕਿਉਂਕਿ ਉੱਪਰਲੀ ਜਿਹੜੀ ਮੋਹਰਲੀ ਕਤਾਰ ਦੀ ਲੀਡਰਸ਼ਿਪ ਸਾਡੇ ਜ਼ਿਲ੍ਹੇ ਦੇ ਜਿਹੜੇ ਸੀਨੀਅਰ ਅਹੁਦੇਦਾਰ, ਸਟੇਟ ਦੇ ਅਹੁਦੇਦਾਰ, ਸਰਕਲਾਂ ਦੇ ਪ੍ਰਧਾਨ, ਸਾਬਕਾ ਚੇਅਰਮੈਨ, ਉਸ ਪੱਧਰ ਦੀ ਸਾਰੀ ਸਾਡੀ ਜਿਹੜੀ ਟੀਮ ਹੈ ਉਹ ਅੱਜ ਇੱਥੇ ਜਿਹੜੀ ਆ ਉਹ ਮੇਰੇ ਨਾਲ ਹਾਜ਼ਰ ਹੈ। ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਪਠਾਨਕੋਟ ਦੇ ਵੀ ਸਾਡੇ ਪ੍ਰਧਾਨ ਸਾਹਿਬ ਸੁਰਿੰਦਰ ਸਿੰਘ ਮਿੰਟੂ ਜੀ ਹਾਜ਼ਰ ਹੈ। ਇੱਕ ਤਾਂ ਇਹ ਹੈ ਕਿ ਇਲੈਕਸ਼ਨ ਹੁਣ ਨੋਮੀਨੇਸ਼ਨ ਦੀ ਪ੍ਰੋਸੈਸ ਜਿਹੜੀ ਹੈ ਉਹ ਕੱਲ੍ਹ ਨੂੰ ਖਤਮ ਹੋ ਜਾਣੀ, ਪਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ, ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਰਾਜ ਕਰਦੀ ਪਾਰਟੀ ਹੈ, ਉਹ ਅਸਲੀ ਮੁੱਦੇ ਜਿਹੜੇ ਲੋਕਾਂ ਦੇ ਆ ਉਹਨਾਂ ਨੂੰ ਲੋਕਾਂ ਨੂੰ ਸਪਸ਼ਟੀਕਰਨ ਦੇਣ ਤੋਂ ਭੱਜ ਰਿਹਾ। ਸਭ ਤੋਂ ਵੱਡੀ ਗੱਲ ਤੇ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ 10 ਸਾਲਾਂ ਤੋਂ, ਅੱਜ ਮਹਿੰਗਾਈ ਇੰਨੀ ਹੋ ਚੁੱਕੀ ਹੈ, ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਇੱਥੇ ਆ ਕੇ ਸਾਨੂੰ ਦੱਸਣ ਨੂੰ ਤਿਆਰ ਨਹੀਂ ਹੈ। 100 ਰੁਪਏ ਲੀਟਰ ਡੀਜ਼ਲ ਹੋ ਗਿਆ, 100 ਰੁਪਏ ਲੀਟਰ ਪੈਟਰੋਲ ਹੋ ਗਿਆ ਔਰ ਉਹਦੇ ਨਾਲ ਰਸੋਈ ਗੈਸ ਦੀਆਂ ਕੀਮਤਾਂ ਵੀ 1100 ਜਾ ਕੇ ਫਿਰ ਥੋੜੀ ਜਿਹੀ ਥੱਲੇ ਆਈਆਂ, ਪਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਇਹਦਾ ਕੋਈ ਵੀ ਜਵਾਬ ਦੇਣ ਨੂੰ ਅੱਜ ਤਿਆਰ ਨਹੀਂ ਹੈ। ਮੈਂ ਉਹਨਾਂ ਪਾਰਟੀਆਂ ਨੂੰ, ਰਾਜ ਕਰਦੀਆਂ ਪਾਰਟੀਆਂ ਨੂੰ, ਨੈਸ਼ਨਲ ਪਾਰਟੀ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ, ਕਿ ਇਹਦੇ ਵਿੱਚ ਇਸ ਮਹਿੰਗਾਈ ਦੇ ਵਿੱਚ ਇਹਨਾਂ ਦਾ ਕਿੰਨਾ ਰੋਲ ਆ, ਇਹ ਜਨਤਾ ਨੂੰ ਐਕਸਪਲੇਨ ਕਰਨ ਕਿ ਕਿੰਨੇ ਟੈਕਸ ਡੀਜ਼ਲ ਦੇ ਉੱਤੇ, ਕਿੰਨੇ ਟੈਕਸ ਪੈਟਰੋਲ ਦੇ ਉੱਤੇ ਔਰ ਕਿੰਨੇ ਟੈਕਸ ਜਿਹੜੇ ਆ ਰਸੋਈ ਗੈਸ ਦੇ, ਦੋਨੇ ਸਰਕਾਰਾਂ ਲਾਉਂਦੀਆਂ, ਜਿਹਦੇ ਕਰਕੇ ਅੱਜ ਗਰੀਬ ਦਾ ਘਰ ਚਲਾਉਣਾ ਜਿਹੜਾ ਉਹ ਔਖਾ ਹੋ ਗਿਆ। ਔਰ ਦੂਜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਇੰਨੇ ਪੱਧਰ ਤੇ ਆ ਸਾਰੇ ਦੇਸ਼ ਦੇ ਵਿੱਚ ਕਿ ਪੰਜਾਬ ਦੇ ਵਿੱਚ ਤੇ ਖਾਸ ਕਰਕੇ
ਸਾਡੇ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ, ਪਰ ਇਹਦੇ ਵਾਸਤੇ ਜ਼ਿੰਮੇਵਾਰ ਸਟੇਟ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਵੇਂ ਸਰਕਾਰਾਂ, ਜਿਹੜਾ ਨੌਜਵਾਨਾਂ ਦਾ ਸਭ ਤੋਂ ਵੱਡਾ ਇਸ਼ੂ ਹੈ ਬੇਰੁਜ਼ਗਾਰੀ ਦਾ, ਉਹਦੇ ਬਾਰੇ ਕੋਈ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਨੂੰ ਤਿਆਰ ਨਹੀਂ ਹੈ। ਤੀਸਰੀ ਗੱਲ ਹੈ ਕਿ ਕਿਸਾਨਾਂ ਦਾ ਨਾਲ ਜਿਹੜੀ ਵੱਡੀ ਬੇਇਨਸਾਫੀ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਦੇ ਨਾਲ ਰਲ ਕੇ ਕੀਤੀ, ਕਿਉਂਕਿ ਇੱਕ ਵੱਡੀ ਸਾਜਿਸ਼ ਦੇ ਤਹਿਤ ਕੇਂਦਰ ਦੀ ਬੀਜੇਪੀ ਸਰਕਾਰ ਵੀ ਔਰ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਦੋਨਾਂ ਨੇ ਰਲ ਕੇ ਜਿਹੜਾ ਕਿਸਾਨਾਂ ਦੇ ਉੱਤੇ ਬੜਾ ਵੱਡਾ ਤਸ਼ੱਦਦ ਕੀਤਾ। ਸ਼ੰਭੂ ਬੈਰੀਅਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਇੱਕ ਕਿਸਾਨ ਸ਼ਹੀਦ ਹੋਇਆ, ਲੇਕਿਨ MSP ਦੀ ਗਰੰਟੀ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਕੇਂਦਰ ਸਰਕਾਰ ਵੀ ਚੁੱਪ ਹੈ ਔਰ ਸੂਬੇ ਦੀ ਸਰਕਾਰ ਨੇ ਵੀ ਹਾਲੇ ਤੱਕ ਆਪਣਾ ਸਟੈਂਡ ਇੱਕ ਵਾਰੀ ਸਪਸ਼ਟ ਨਹੀਂ ਕੀਤਾ, ਕਿਸਾਨਾਂ ਦੇ ਹੱਕ ਦੀ ਗੱਲ ਇੱਕ ਵਾਰੀ ਵੀ ਜਿਹੜੀ ਹੈ ਉਹ ਸਪਸ਼ਟ ਨਹੀਂ ਕੀਤੀ। ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਦੇਸ਼ ਦੇ ਵਿੱਚ ਮਿਨੋਰਟੀਜ਼ ਦੇ ਜੋ ਹਾਲ ਹੈ, ਚਾਹੇ ਸਿੱਖ ਭਾਈਚਾਰਾ ਹੈ, ਚਾਹੇ ਈਸਾਈ ਭਾਈਚਾਰਾ ਹੈ, ਚਾਹੇ ਮੁਸਲਿਮ ਭਾਈਚਾਰਾ ਜਾਂ ਬਾਕੀ ਘੱਟ ਗਿਣਤੀਆਂ ਨੇ, ਉਹਨਾਂ ਨੂੰ ਜਿਸ ਤਰੀਕੇ ਹਾਸ਼ੀਏ ਦੇ ਉੱਤੇ ਧੱਕਿਆ ਜਾ ਰਿਹਾ, ਜਿਸ ਤਰੀਕੇ ਉਹਨਾਂ ਦੀਆਂ ਸਹੂਲਤਾਂ, ਮਿਨੋਰਟੀ ਦੇ ਸਕਾਲਰਸ਼ਿਪ, ਉਹਨਾਂ ਨੂੰ ਮਿਲਣ ਵਾਲੇ ਹੋਰ ਫਾਇਦੇ, ਉਹਨਾਂ ਦੀ ਸੇਫਟੀ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਨਾ ਕੇਂਦਰ ਸਰਕਾਰ ਜਵਾਬ ਦੇ ਪਾ ਰਹੀ ਹੈ, ਨਾ ਸੂਬੇ ਦੀ ਸਰਕਾਰ ਜਿਹੜੀ ਹੈ ਜਵਾਬ ਦੇ ਪਾ ਰਹੀ ਹੈ। ਇਹ ਸਾਰੇ ਜਿਹੜੇ ਇਸ਼ੂ ਹੈ ਇਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਤੇ ਇਹਨਾਂ ਦਾ ਜਵਾਬ ਅਸੀਂ ਜਿਹੜਾ ਉਹ ਦੇਵਾਂਗੇ। ਦੂਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੀ ਸਟੇਟ ਦੀ ਗੌਰਮੈਂਟ ਜਿਹਨੂੰ 92 MLA ਜਿਤਾ ਕੇ ਲੋਕਾਂ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਸੀ, ਸਾਰੇ ਪਾਸੇ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕੀ। ਪਹਿਲੀ ਤਾਂ ਗੱਲ ਹੈ ਸਭ ਤੋਂ ਭ੍ਰਿਸ਼ਟ ਗੌਰਮੈਂਟ ਜੇ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਦੀ ਗੌਰਮੈਂਟ ਹੈ। ਇਹਨਾਂ ਦਾ ਕੇਂਦਰ ਸਰਕਾਰ ਦਾ ਭ੍ਰਿਸ਼ਟਾਚਾਰ, 328 ਕਰੋੜ ਦਾ ਐਕਸਾਈਜ਼ ਪਾਲਿਸੀ ਦਾ ਘੁਟਾਲਾ, ਜਿਹਦੇ ਵਿੱਚ ਕੇਜਰੀਵਾਲ ਵੀ ਜੇਲ੍ਹ ਚ ਰਿਹਾ ਔਰ ਉਹਦੇ ਸਾਥੀ ਵੀ ਜੇਲ੍ਹ ਚ ਰਹੇ, ਉਸੇ ਤਰ੍ਹਾਂ ਦਾ ਹੀ ਘੁਟਾਲਾ ਪੰਜਾਬ ਦੇ ਵਿੱਚ ਹੋਇਆ ਸੀ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਛੇਤੀ ਲੰਘਾ ਹੋਵੇਗਾ। ਔਰ ਵੈਸੇ ਵੀ ਤੁਸੀਂ ਤਹਿਸੀਲਾਂ, ਕਚਹਿਰੀਆਂ ਬਦਲੀਆਂ, ਹਰ ਚੀਜ਼ ਦੇ ਵਿੱਚ ਦੇਖੋਗੇ ਤੇ ਜਿਹੜੇ ਕਹਿੰਦੇ ਸੀ ਕਰਪਸ਼ਨ ਅਸੀਂ ਖਤਮ ਕਰ ਦੇਣੀ ਹੈ, ਸਭ ਤੋਂ ਵੱਡੀ ਕਰਪਸ਼ਨ ਜਿਹੜੀ ਹੈ ਇਸ ਸਰਕਾਰ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਲਾ ਐਂਡ ਆਰਡਰ ਦੇ ਇਸ਼ੂ ਦੇ ਉੱਤੇ ਲੁੱਟਾਂ, ਖੋਹਾਂ, ਕਤਲ, ਡਾਕੇ, ਚੇਨ ਸਨੇਚਿੰਗ, ਹਰ ਚੀਜ਼ ਜਿਹੜੀ ਹੈ, ਕੋਈ ਵੀ ਸਾਡਾ ਵਪਾਰੀ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜ਼ੀ ਨਹੀਂ, ਕੋਈ ਵੀ ਇੰਡਸਟਰੀਅਲਿਸਟ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜ਼ੀ ਨਹੀਂ। ਇਹ ਅਸੀਂ ਸਵਾਲ ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਪੁੱਛਾਂਗੇ। ਔਰ ਜਿਹੜਾ ਡਰੱਗਸ ਦਾ ਇਸ਼ੂ ਹੈ ਇਹ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਚੁੱਕਿਆ ਔਰ ਗਵਰਨਰ ਸਾਹਿਬ ਵੀ ਕਹਿ ਚੁੱਕੇ ਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਬਾਰਡਰ ਤੇ ਕਿਰਿਆਨੇ ਦੀਆਂ ਦੁਕਾਨਾਂ ਤੱਕ ਵੀ ਨਸ਼ਾ ਮਿਲਦਾ, ਪਰ ਇਹਦੇ ਤੇ ਭਗਵੰਤ ਮਾਨ ਦੀ ਸਰਕਾਰ ਵੀ ਔਰ ਕੇਂਦਰ ਦੀ ਸਰਕਾਰ ਵੀ ਔਰ ਕੇਜਰੀਵਾਲ ਵੀ ਜਿਹੜਾ ਸਭ ਤੋਂ ਵੱਧ ਨਸ਼ਿਆਂ ਦੀ ਗੱਲ ਕਰਦਾ ਸੀ ਅੱਜ ਚੁੱਪ ਕਿਉਂ ਹੈ, ਅਸੀਂ ਉਹਨਾਂ ਤੋਂ ਇਸ ਗੱਲ ਦਾ ਜਵਾਬ ਜਿਹੜਾ ਉਹ ਚਾਹੁੰਦੇ ਹਾਂ। ਦੂਜੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਮੈਂ ਖਾਸ ਤੌਰ ਤੇ ਪੁੱਛਣਾ ਚਾਹੁੰਦਾ ਵੀ ਤੁਸੀਂ ਪਾਰਲੀਮੈਂਟ ਦੀਆਂ ਚੋਣਾਂ ਕਿਸ ਵਾਸਤੇ ਲੜ ਰਹੇ, ਕਿਉਂਕਿ MP ਬਣਾਉਣ ਦਾ ਕੋਈ ਮਕਸਦ ਹੁੰਦਾ? ਤੁਸੀਂ 7 ਰਾਜਾਂ ਸਭਾ ਦੇ MP ਪਹਿਲਾਂ ਬਣਾਏ ਸੀ, ਉਹਦੇ ਚ 5 ਤਾਂ ਪੰਜਾਬ ਤੋਂ ਬਾਹਰ ਦੇ ਬਣਾਏ
ਔਰ ਉਹ ਲੋਕ ਬਣਾਏ, ਤੁਸੀਂ ਕਹਿੰਦੇ ਸੀ ਕਿ ਅਸੀਂ ਮਲਟੀਨੈਸ਼ਨਲ ਕੰਪਨੀਆਂ ਦੇ ਖਿਲਾਫ ਹਾਂ, ਅਸੀਂ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਹਾਂ, ਤੇ ਵੱਡੀਆਂ ਰਿਸ਼ਵਤਾਂ ਲੈ ਕੇ ਤੇ ਤੁਸੀਂ ਰਾਜ ਸਭਾ ਦੇ ਮੈਂਬਰ ਬਣਾਏ। ਤੁਹਾਡੇ ਸੱਤਾ ਮੈਂਬਰਾਂ ਨੇ ਸਾਨੂੰ ਪੁੱਛਣਾ ਚਾਹੁੰਦੇ ਅਸੀਂ ਵੀ ਇੱਕ ਵੀ ਕੋਈ ਪੰਜਾਬ ਦਾ ਇਸ਼ੂ ਪਾਰਲੀਮੈਂਟ ਦੇ ਵਿੱਚ ਉਠਾਇਆ। ਜੇ ਪਹਿਲੇ ਮੈਂਬਰਾਂ ਨੇ ਅੱਜ ਤੱਕ ਕੋਈ ਪਾਰਲੀਮੈਂਟ ਦੇ ਵਿੱਚ ਇਸ਼ੂ ਨਹੀਂ ਉਠਾਇਆ ਤੇ ਅੱਗੇ ਤੋਂ ਤੁਸੀਂ ਕੀ ਆਸ ਕਰਦੇ ਆ ਕਿ ਤੁਹਾਡਾ ਜਿਹੜਾ ਕੋਈ ਨਵਾਂ ਪਾਰਲੀਮੈਂਟ ਦਾ ਮੈਂਬਰ ਬਣੇਗਾ? ਮੈਂ ਕਹਿੰਦਾ ਪੰਜਾਬ ਦੇ ਇਸ਼ੂ ਦੀ ਛੱਡ ਦਿਓ। ਕੇਜਰੀਵਾਲ ਫੜਿਆ ਗਿਆ, ਉਹਨਾਂ ਦੀ ਪਾਰਟੀ ਦਾ ਲੀਡਰ ਸੀ, ਸੁਪਰੀਮ ਸੀ, ਉਹਦੇ ਵਾਸਤੇ ਵੀ ਕਿਸੇ ਰਾਜ ਸਭਾ ਦੇ ਮੈਂਬਰ ਨੇ ਜਿਹੜੀ ਹੈ ਸਟੇਟਮੈਂਟ ਨਹੀਂ ਦਿੱਤੀ। ਉਹਦਾ ਕਾਰਨ ਕੀ ਹੈ ਕਿ ਜਿੰਨੇ ਸੱਤ ਮੈਂਬਰ ਬਣਾਏ ਸੀ ਰਾਜ ਸਭਾ ਦੇ, ਉਹ ਆਪਣੀ ਲੀਡਰਸ਼ਿਪ ਤੋਂ ਭਰੋਸਾ ਉਹਨਾਂ ਦਾ ਉੱਠ ਚੁੱਕਿਆ, ਜਾਂ ਉਹ ਸਹਿਮਤ ਹੈ ਕਿ ਜਿਹੜੀ ਕਰਪਸ਼ਨ ਹੋਈ ਹੈ ਉਹ ਬਿਲਕੁਲ ਹੋਈ ਹੈ, ਇਸ ਕਰਕੇ ਉਹ ਉਹਦੇ ਖਿਲਾਫ਼ ਨਹੀਂ ਬੋਲ ਸਕਦੇ। ਇਹਦੇ ਕਾਰਨ ਜਿਹੜੇ ਆ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜੀ ਨੂੰ ਵੀ ਜ਼ਰੂਰ ਦੱਸਣੇ ਚਾਹੀਦੇ ਆ ਕਿ ਸੱਤ MP ਜੇ ਇੱਕ ਵੀ ਇਸ਼ੂ ਪੰਜਾਬ ਦਾ ਨਹੀਂ ਉਠਾ ਸਕੇ ਤੇ ਆ ਦੂਜੀਆਂ ਹੁਣ ਨਵੇਂ ਸਿਰੇ ਵੋਟਾਂ ਕਾਹਦੇ ਵਾਸਤੇ ਮੰਗੇ ਕਰਨ? ਇਹ ਜਿਹੜੇ ਤੁਹਾਡੇ ਨਵੇਂ MP ਜਾਣਗੇ ਇਹ ਉੱਥੇ ਜਾ ਕੇ ਕੀ ਕਰਨਗੇ? ਇਹ ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦੇ। ਇੱਕ 10,43,000 ਗਰੀਬ ਲੋਕਾਂ ਦੇ ਕਾਰਡ ਜਿਹੜੇ ਕੱਟੇ ਗਏ ਸੀ, ਅਸੀਂ ਭਗਵੰਤ ਮਾਨ ਜੀ ਨੂੰ ਪੁੱਛਦੇ ਹਾਂ ਕਿ ਕੀ ਤੁਸੀਂ ਉਹਨਾਂ ਨੇ ਜਿਹੜਾ 2 ਸਾਲ ਮਹਿੰਗੇ ਭਾਅ ਕਣਕ ਲੈ ਕੇ ਖਾਧੀ, ਕੀ ਤੁਸੀਂ ਉਹਨਾਂ ਲੋਕਾਂ ਨੂੰ ਉਹ ਕਣਕ ਦੇ ਪੈਸੇ ਵਾਪਸ ਕਰੋਗੇ? ਔਰ ਉਹਨਾਂ ਅਫਸਰਾਂ ਦੇ ਨਾਮ ਦੱਸੋਗੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਇਹ ਕਾਰਡ ਜਿਹੜੇ ਆ ਇਹ ਕੱਟੇ ਗਏ ਸੀ? ਇਸ ਕਰਕੇ ਉਹ ਨਾਮ ਤੁਹਾਨੂੰ ਜਿਹੜੇ ਆ ਜਨਤਕ ਕਰਨੇ ਚਾਹੀਦੇ ਕਿ ਕਿਹਦੇ ਉੱਤੇ ਜਿਹੜਾ ਉਹ ਹੋਇਆ। ਇੱਕ ਜਿਹੜੀ ਵੱਡੀ ਸਾਜਿਸ਼ ਅੱਜ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦੋਨਾਂ ਦਾ ਇਹ ਗੁਪਤ ਸਮਝੌਤਾ। ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਨਿਵਾਸ ਹੈ, ਔਰ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਨਿਵਾਸ ਹੈ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੇ ਰਲ ਕੇ ਚੋਣ ਲੜ ਰਹੇ। ਜਦੋਂ ਅੱਗੇ ਹਰਿਆਣੇ 'ਚ ਜਾਂਦੇ ਆ ਤੇ ਉੱਥੇ ਰਲ ਕੇ ਚੋਣ ਲੜ ਰਹੇ, ਦਿੱਲੀ ਦੇ ਵਿੱਚ ਰਲ ਕੇ ਚੋਣ ਲੜ ਰਹੇ, ਬਾਕੀ ਸਟੇਟਾਂ ਦੇ ਵਿੱਚ ਰਲ ਕੇ ਚੋਣ ਲੜ ਰਹੇ, ਤੇ ਜਦੋਂ ਰਾਜਧਾਨੀ ਤੋਂ ਬਾਹਰ ਪੰਜਾਬ 'ਚ ਐਂਟਰ ਕਰਦੇ ਆ ਤੇ ਫਿਰ ਇਹਨਾਂ ਦਾ ਗੁਪਤ ਸਮਝੌਤਾ ਜਿਹੜਾ ਇਹ ਸ਼ੁਰੂ ਹੋ ਜਾਂਦਾ ਕਿ ਅਸੀਂ ਅਕਾਲੀ ਦਲ ਨੂੰ ਕਿਵੇਂ ਢਾਉਣਾ ਜਾਂ ਆਪੋ ਆਪਣੀ ਕਰਪਸ਼ਨ ਦੇ ਉੱਤੇ ਕਿਵੇਂ ਪਰਦਾ ਪਾਉਣਾ। ਉੱਥੇ ਦੋਨੇ ਪਾਰਟੀਆਂ ਜਿਹੜੀਆਂ ਇਹ ਰਾਤ ਨੂੰ ਇਕੱਠੀਆਂ ਮੀਟਿੰਗਾਂ ਕਰਦੀਆਂ। ਪੰਜਾਬ ਦੀ ਜਨਤਾ ਨੂੰ ਅਸੀਂ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਦਾ ਜਿਹੜਾ ਅਨਹੋਲੀ ਅਲਾਇੰਸ ਹੈ ਇਹਨੂੰ ਪੂਰੀ ਤਰ੍ਹਾਂ ਨਕਾਰ ਕੇ ਦੋਵਾਂ ਪਾਰਟੀਆਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਜ਼ਬਤ ਕਰਵਾਈਆਂ ਜਾਣ। ਫਿਰ ਜਿਹੜੇ ਗੁਰਦਾਸਪੁਰ ਦੇ ਪਹਿਲਾਂ ਤਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਮੇਨ ਇਸ਼ੂਜ਼ ਨੂੰ ਲੈ ਕੇ ਇਲੈਕਸ਼ਨ ਲੜ ਰਿਹਾ ਉਹਦੇ ਵਿੱਚ ਇੱਕ ਤਾਂ ਸੂਬਿਆਂ ਨੂੰ ਵੱਧ ਅਧਿਕਾਰ ਜਿਹੜੇ ਆ ਉਹ ਸਾਡੇ ਵਾਸਤੇ ਸਭ ਤੋਂ ਵੱਡਾ ਮੇਨ ਇਸ਼ੂ ਆ। ਪਿਛਲੇ ਸਮਿਆਂ 'ਚ ਬਹੁਤ ਵੱਡਾ ਖੋਰਾ ਜਿਹੜੇ ਸੂਬੇ ਦੇ ਅਧਿਕਾਰਾਂ ਨੂੰ ਲੱਗਿਆ ਸੀ, ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਸੂਬਿਆਂ ਨੂੰ ਵੱਧ ਅਧਿਕਾਰ ਦਾ ਇਸ਼ੂ ਜਿਹੜਾ ਉਹਨੂੰ ਵੱਡੇ ਪੱਧਰ 'ਤੇ ਉਠਾਏਗੀ। ਇੱਕ ਜਿਹੜਾ ਪਾਕਿਸਤਾਨ ਦੇ ਨਾਲ ਟ੍ਰੇਡ ਸ਼ੁਰੂ ਕਰਨਾ ਉਹ ਸਾਡੀ ਮੇਨ ਪ੍ਰਾਇਓਰਟੀ ਹੈ, ਕਿਉਂਕਿ ਸਾਡੇ ਸਰਹੱਦੀ ਜ਼ਿਲ੍ਹੇ, ਸਾਡੀ ਬਟਾਲੇ ਦੀ ਇੰਡਸਟਰੀ, ਸਾਡੀ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਬਾਕੀ ਸਾਰੇ, ਤਾਂ ਹੀ ਜਿਹੜਾ ਉਹਨਾਂ ਨੂੰ ਸੁਖ ਦਾ ਸਾਹ ਮਿਲ ਸਕਦਾ ਜੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ।
ਜਿਹੜਾ ਕਿ ਇੱਕ ਡਿਸਕ੍ਰਿਮੀਨੇਟਰੀ ਪਾਲਿਸੀ ਤਹਿਤ ਕੇਂਦਰ ਵੱਲੋਂ ਨਹੀਂ ਕੀਤਾ ਜਾ ਰਿਹਾ, ਉਹਨੂੰ ਅਸੀਂ ਬਹਾਲ ਕਰਾਵਾਂਗੇ। ਇੱਕ ਬੰਦੀ ਸਿੰਘਾਂ ਦੀ ਜਿਹੜਾ ਹਿਊਮਨ ਰਾਈਟਸ ਦਾ ਮਸਲਾ, ਉਹ ਅਸੀਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਉਹਦੇ 'ਤੇ ਅਸੀਂ ਡਟ ਕੇ ਪਹਿਰਾ ਦਿਆਂਗੇ ਔਰ ਸਾਰੇ ਉਹਨਾਂ ਵੀਰਾਂ ਨੂੰ ਇਨਸਾਫ਼ ਦੀ ਲੜਾਈ ਲੜਾਂਗੇ। MSP ਗਰੰਟੀ ਦਾ ਕਾਨੂੰਨ ਬਣੇ, ਇਹ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਮੁੱਦਾ। ਅਸੀਂ ਪਹਿਲਾਂ ਵੀ ਇਹਦੇ 'ਤੇ ਅਸਤੀਫਾ ਦਿੱਤਾ ਸੀ, ਕਿਸਾਨਾਂ ਨਾਲ ਖੜੇ ਸੀ, ਅੱਜ ਵੀ ਅਸੀਂ ਕਿਸਾਨ ਤੇ ਖੇਤ ਮਜ਼ਦੂਰ ਦੇ ਨਾਲ MSP ਗਰੰਟੀ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਖੜੇ ਹਾਂ। ਇੱਕ ਇੰਪਲਾਈ ਦੀ ਜਿਹੜੀ ਓਲਡ ਪੈਨਸ਼ਨ ਸਕੀਮ ਹੈ, ਉਹ ਵੀ ਅਸੀਂ ਜਿਹੜੀ ਹੈ ਲਾਗੂ ਕਰਾਉਣ ਵਾਸਤੇ ਆਪਣੀ ਹਰ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ। ਇਸੇ ਤਰ੍ਹਾਂ ਇੱਕ ਫੌਜੀਆਂ ਦੀ, ਸਾਬਕਾ ਫੌਜੀਆਂ ਦੀ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ, ਅਸੀਂ ਇਹ ਪ੍ਰਿੰਸੀਪਲ ਉਹਦੇ ਨਾਲ ਸਹਿਮਤ ਹਾਂ ਔਰ ਉਹਦੀ ਜਿਹੜੀ ਹੈ ਉਹਨਾਂ ਦੀ ਮੰਗ ਦੀ ਪੂਰਤੀ ਵਾਸਤੇ ਅਸੀਂ ਡਟ ਕੇ ਉਹਨਾਂ ਦੇ ਨਾਲ ਖੜਾਂਗੇ। ਔਰ ਅਗਨੀਵੀਰ ਸਕੀਮ, ਜਿਹਨੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਜਿਹੜੇ ਬੱਚੇ ਫੌਜ 'ਚ ਜਾਣਾ ਚਾਹੁੰਦੇ ਆ ਉਹਨਾਂ ਦੇ ਹੌਸਲੇ ਤੋੜੇ ਆ, ਇਹਨੂੰ ਸਕਰੈਪ ਕਰਨ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਸੰਘਰਸ਼ ਕਰੇਗਾ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਗੁਰੂ ਰਵਿਦਾਸ ਮੰਦਿਰ ਜਿਹੜਾ ਤੁਗਲਕਾਬਾਦ ਦੇ ਵਿੱਚ ਢਾ ਦਿੱਤਾ ਗਿਆ ਸੀ MCG ਵੱਲੋਂ, ਉਹਨੂੰ ਦੁਬਾਰਾ ਬਣਾਉਣ ਵਾਸਤੇ ਵੀ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਆਪਣੀ ਹਰ ਐਫਰਟ ਜਿਹੜੀ ਆ ਉਹ ਕਰੇਗਾ। ਔਰ ਜਿਹੜਾ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਇਸ ਵੇਲੇ ਹੋ ਰਹੀਆਂ, ਉਹ ਸਾਰੀਆਂ ਕੋਸ਼ਿਸ਼ਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਡਟ ਕੇ ਲੜੇਗਾ। ਇਹ ਤਾਂ ਸਾਡੇ ਪਾਰਟੀ ਦੇ ਇਸ਼ੂ ਆ, ਬਾਕੀ ਸਾਡੇ ਜਿਹੜੇ ਸਥਾਨਕ ਲੋਕ ਸਭਾ ਹਲਕੇ ਦੇ ਇਸ਼ੂ ਆ, ਉਹਦੇ 'ਚ ਇੱਕ ਤਾਂ ਬਟਾਲਾ ਦੀ ਜਿਹੜੀ ਇੰਡਸਟਰੀ ਹੈ, ਬਹੁਤ ਵੱਡਾ ਨਾਮ ਸੀ ਦੇਸ਼ ਦੇ ਵਿੱਚ ਬਟਾਲੇ ਦਾ, ਉਹਨੂੰ ਦੁਬਾਰਾ ਰਿਵਾਈਵ ਕਰਾਉਣਾ, ਇਹ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਮੇਨ ਜਿਹੜੀ ਹੈ ਉਹ ਪ੍ਰਾਥਮਿਕਤਾ ਹੋਏਗੀ। ਇੱਕ ਕੁਛ ਪੁਲ ਨੇ ਦਰਿਆਵਾਂ ਦੇ ਉੱਤੇ ਬਣਨ ਵਾਲੇ, ਮਰਾੜਾ ਪੱਤਨ ਤੇ ਮਕੌੜਾ ਪੱਤਨ, ਉਹ ਪ੍ਰਾਇਓਰਟੀ ਦੇ ਉੱਤੇ ਬਣਵਾਉਣੇ। ਇਸੇ ਤਰ੍ਹਾਂ ਜਿਹੜੇ ਕਿਸਾਨਾਂ ਦੀ ਤਾਰ ਤੋਂ ਪਾਰ ਜ਼ਮੀਨ ਆ ਉਹ ਬਹੁਤ ਪਰੇਸ਼ਾਨ ਆ, ਉਹਨਾਂ ਵਾਸਤੇ ਐਫਰਟ ਕਰਨੀ। ਔਰ ਇੱਕ ਜਿਹੜਾ ਏਮਜ਼ ਵਾਸਤੇ ਐਫਰਟ ਹੋਏਗੀ ਕਿ ਏਮਜ਼ ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਬਣੀ ਆ ਉਹ ਬਹੁਤ ਦੂਰ ਆ ਇੱਥੋਂ, ਇਸ ਸਾਈਡ ਦੇ ਉੱਤੇ ਗੁਰਦਾਸਪੁਰ, ਪਠਾਨਕੋਟ, ਅੱਗੇ ਜੰਮੂ ਵਾਲੀ ਸਾਈਡ ਤੇ ਵੀ, ਹਿਮਾਚਲ ਵਾਲੇ ਪਾਸੇ ਵੀ ਬਹੁਤ ਵੱਡਾ ਇੱਕ ਵੈਕਿਊਮ ਹੈ ਕਿ ਜਿੱਥੇ ਬੈਸਟ ਕਲਾਸ ਕੋਈ ਹੈਲਥ ਸਰਵਿਸ ਜਿਹੜੀਆਂ ਉਹ ਅਵੇਲੇਬਲ ਨਹੀਂ ਹੈ। ਮੇਰੀ ਬਤੌਰ ਮੈਂਬਰ ਪਾਰਲੀਮੈਂਟ ਕੋਸ਼ਿਸ਼ ਹੋਏਗੀ ਕਿ ਏਮਜ਼ ਦੇ ਲੈਵਲ ਦੀ ਕੋਈ ਇੰਸਟੀਚਿਊਟ ਜਿਹੜੀ ਹੈ ਉਹ ਸਾਡੇ ਲੋਕ ਸਭਾ ਹਲਕੇ ਦੇ ਵਿੱਚ ਬਣੇ, ਔਰ ਇੱਕ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ, ਔਰ ਨਾਲ ਬਾਰਡਰ ਏਰੀਆ ਡਿਵੈਲਪਮੈਂਟ ਬੋਰਡ ਔਰ ਕੰਢੀ ਏਰੀਆ ਡਿਵੈਲਪਮੈਂਟ ਬੋਰਡ, ਔਰ ਟੂਰਿਜ਼ਮ ਵਾਸਤੇ ਬਹੁਤ ਵੱਡਾ ਪੋਟੈਂਸ਼ੀਅਲ ਹੈ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਖਾਸ ਤੌਰ ਤੇ, ਉਹਦੇ ਵਾਸਤੇ ਐਫਰਟ ਕਰਨੀ ਕਿ ਜਿਹੜਾ ਵਰਲਡ ਟੂਰਿਜ਼ਮ ਮੈਪ ਦੇ ਉੱਤੇ ਪਠਾਨਕੋਟ ਨੂੰ ਜਿਹੜਾ ਉਹ ਲਿਆਂਦਾ ਜਾਵੇ। ਇਹ ਸਾਡੀਆਂ ਜਿਹੜੀਆਂ ਮੇਨ ਹੈ ਉਹ ਜਿਹੜੇ ਇਸ਼ੂਜ਼ ਆ ਪਾਰਟੀ ਦੇ ਵੀ, ਔਰ ਜਿਹੜੇ ਬਤੌਰ ਮੈਂਬਰ ਲੋਕ ਸਭਾ ਇਹ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਚੱਲਾਂਗੇ। ਔਰ ਮੈਂ ਤੁਹਾਡੇ ਰਾਹੀਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਹ ਹੁਣ ਨਵੇਂ ਨਵੇਂ ਮੈਨੀਫੈਸਟੋ ਫਿਰ ਆਉਣ ਲੱਗ ਗਏ, ਕੱਲ੍ਹ ਕੇਜਰੀਵਾਲ ਨੇ ਵੀ ਦੁਬਾਰਾ 24 ਘੰਟੇ ਮੁਫ਼ਤ ਬਿਜਲੀ ਦੀ ਗੱਲ ਕੀਤੀ ਹੈ, ਔਰ 2 ਕਰੋੜ ਜਾਬ ਜਿਹੜੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਕਹੀ ਹੈ। ਅੱਗੇ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਦੇ ਲੋਕ ਪੁੱਛ ਲੈਣ ਵੀ ਪੰਜਾਬ ਦੇ ਵਿੱਚ ਕਿੰਨੀਆਂ ਨੌਕਰੀਆਂ ਇਹਨਾਂ ਨੇ ਦਿੱਤੀਆਂ, ਸਿਵਾਏ ਝੂਠੀ ਐਡਵਰਟਾਈਜ਼ਮੈਂਟ ਦੇ ਕੋਈ ਚੀਜ਼ ਪੰਜਾਬ ਦੇ ਵਿੱਚ ਨਹੀਂ ਦਿੱਤੀ। ਇਸੇ ਤਰ੍ਹਾਂ MSP ਦੀ ਗੱਲ ਕਰ ਰਿਹਾ ਕਿ ਅਸੀਂ MSP ਜਿਹੜੀ ਹੈ ਉਹ ਦਵਾਵਾਂਗੇ, ਤੇ ਇਹਨਾਂ ਨੂੰ ਪੁੱਛੋ ਕਿ ਜਿਹੜੀ 5 ਮਿੰਟ ਦੇ ਵਿੱਚ
ਪੰਜਾਬ ਦੇ ਵਿੱਚ ਜਿਹੜੀ ਤੁਸੀਂ MSP ਲਾਗੂ ਕਰਨ ਦੀ ਗੱਲ ਕਹੀ ਸੀ ਉਸ ਵਾਅਦੇ ਦਾ ਤੁਹਾਡਾ ਕੀ ਬਣਿਆ? ਇਸ ਕਰਕੇ ਜਿਹੜੀਆਂ ਨਵੀਆਂ ਗਰੰਟੀਆਂ ਨੇ ਇਹ ਚ ਹਾਸੇ ਵਾਲੀ ਗੱਲ ਇਹ ਆ ਕਿ ਕੇਜਰੀਵਾਲ ਨੇ ਜਿਹੜੀਆਂ 10 ਗਰੰਟੀਆਂ ਦਿੱਤੀਆਂ ਇਹਦੇ ਚ ਕਰੈਕ ਡਾਊਨ ਔਨ ਕਰਪਸ਼ਨ ਇਹ ਇੱਕ ਮੇਨ ਇਸ਼ੂ ਹੈ। ਹੁਣ ਦੱਸੋ ਕੇਜਰੀਵਾਲ ਦੇ ਮੂੰਹ ਤੋਂ ਫਫਦਾ ਜਿਹਨੂੰ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਵੀ ਤੂੰ 1 ਤਰੀਕ ਤੱਕ ਆਪਣਾ ਕੰਮ ਕਰਕੇ ਤੇ 2 ਤਰੀਕ ਨੂੰ ਦੁਬਾਰਾ ਜੇਲ੍ਹ 'ਚ ਪਹੁੰਚ ਜਾਣਾ ਟਾਈਮ ਸਿਰ, ਤੇ ਉਹ ਬੰਦਾ ਜਿਹੜਾ ਰਿਸ਼ਵਤ ਦੇ ਕੇਸ ਦੇ ਵਿੱਚ ਏਡੇ ਵੱਡੇ ਸਕੈਂਡਲ ਦੇ ਵਿੱਚ ਬੰਦ ਹੈ ਉਹ ਦੇਸ਼ ਨੂੰ ਫਿਰ ਭਰੋਸਾ ਦੇ ਰਿਹਾ ਕਿ ਅਸੀਂ ਕਰਪਸ਼ਨ ਜਿਹੜੀ ਆ ਉਹ ਖਤਮ ਕਰਾਂਗੇ। ਇੱਥੇ ਕਾਂਗਰਸ 30 ਲੱਖ ਨੌਕਰੀਆਂ ਦੀ ਗੱਲ ਕਰ ਰਹੀ ਤੇ ਜਿਹੜਾ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇੱਥੇ ਕਿਹਾ ਸੀ ਘਰ ਘਰ ਨੌਕਰੀ ਦਾ, ਇਹਨਾਂ ਨੂੰ ਕਿਉਂਕਿ ਤੁਹਾਡੇ ਉਸ ਵਾਅਦੇ ਦਾ ਕੀ ਬਣਿਆ? ਇਸ ਕਰਕੇ ਪਾਰਟੀਆਂ ਹੁਣ ਗੁੰਮਰਾਹਕੁਨ ਮੈਨੀਫੈਸਟੋ ਦੇ ਰਹੀਆਂ, ਪਰ ਸ਼੍ਰੋਮਣੀ ਅਕਾਲੀ ਦਲ ਜੋ ਕੁਝ ਕਹੇਗਾ ਪਹਿਲਾਂ ਵੀ ਸਾਡਾ ਇਤਿਹਾਸ ਹੈ ਅਸੀਂ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਅਸੀਂ ਕਹਾਂਗੇ ਉਹ ਕਰਾਂਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਪਹਿਲਾਂ ਬੱਬੇ ਵਾਲੀ ਸਾਹਿਬ ਜੇ ਕੋਈ ਹੋਰ ਐਡੀਸ਼ਨਲ ਗੱਲ ਕਰਨੀ ਚਾਹੁੰਦੇ ਆ ਉਹ ਕਹਿਣਗੇ ਜਾਂ ਲੋਧੀ ਨਗਰ ਸਾਹਿਬ ਬਾਅਦ ਚ ਤੁਹਾਡਾ ਕੁਐਸਚਨ ਜਿਹੜਾ ਕੋਈ ਦੇਖੋ ਗੱਲ ਹੈ ਸਾਡਾ ਲੋਕਤੰਤਰੀ ਦੇਸ਼ ਹੈ ਇੱਥੇ ਕਿਸੇ ਨੂੰ ਵੀ ਬਿਆਨ ਦੇਣ ਦਾ ਅਧਿਕਾਰ ਹੈ ਜਿਹੜਾ ਮਰਜ਼ੀ ਦੇ ਦਿਓ। ਨਹੀਂ ਵੱਧ ਘੱਟ ਬੋਲਣਾ ਪਬਲਿਕ ਦੇਖਦੀ ਹੁੰਦੀ ਪਾਰਟੀਆਂ ਨਹੀਂ ਦੇਖਦੀਆਂ ਹੁੰਦੀਆਂ। ਅਸੀਂ ਤਾਂ ਐਕਸਪੈਕਟ ਕਰਦੇ ਹੁੰਦੇ ਵੀ ਹਰ ਤਰ੍ਹਾਂ ਦਾ ਲੈਵਲ ਸਾਡੇ ਕਿਹਾ ਜਾ ਸਕਦਾ ਇਹ ਪਬਲਿਕ ਨੇ ਦੇਖਣਾ ਹੁੰਦਾ ਕਿ ਕਿਸੇ ਨੇ ਕੋਈ ਠੀਕ ਕਿਹਾ ਕਿ ਅਸੀਂ ਬਹੁਤ ਵਾਰੀ ਇਸ ਗੱਲ ਦੀ ਵਕਾਲਤ ਕੀਤੀ ਹੈ ਰਿਟਨ ਪ੍ਰਪੋਜ਼ਲ ਵੀ ਜਦੋਂ ਇਲੈਕਸ਼ਨ ਕਮਿਸ਼ਨ ਨੇ ਮੰਗੀ ਸੀ ਤੇ ਅਸੀਂ ਉਦੋਂ ਵੀ ਇਹ ਪ੍ਰਪੋਜ਼ਲ ਭੇਜੀ ਸੀ ਕਿ ਜਿਹੜਾ ਹੈਗਾ ਇਲੈਕਸ਼ਨ ਮੈਨੀਫੈਸਟੋ ਇਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਕਿ ਜੇ ਕੋਈ ਪਾਰਟੀ ਇੱਦਾਂ ਦੀ ਬੋਗਸ ਸਕੀਮ ਕਹਿੰਦੀ ਹੈ ਉਹਨੂੰ ਪਹਿਲਾਂ ਜਿਹੜਾ ਕਨਫਰੰਟ ਕੀਤਾ ਜਾਵੇ ਕਿ ਤੁਹਾਡੇ ਫਾਈਨੈਂਸ਼ੀਅਲ ਸੋਰਸਿਸ ਕੀ ਹੋਣਗੇ ਇਹ ਪਹਿਲਾਂ ਜਸਟੀਫਾਈ ਕਰੋ। ਅਦਰਵਾਈਜ਼ ਅਲਾਊਡ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਜੋ ਮਰਜ਼ੀ ਕਹਿ ਦੇਵੇ ਬਾਅਦ 'ਚ ਫਿਰ ਇਹ ਖਜ਼ਾਨਾ ਖਾਲੀ ਦਾ ਰੌਲਾ ਪਾ ਲੈਂਦੇ ਆ ਉਹਦੇ ਨਾਲ ਪਬਲਿਕ ਦੇ ਨਾਲ ਬਹੁਤ ਵੱਡਾ ਧਰੋਹ ਹੁੰਦਾ। ਦੇਖੋ ਗੱਲ ਇਹ ਹੈ ਕਿ ਇਹਨਾਂ ਦਾ ਪਿਛਲਾ ਜਿਹੜਾ ਨਰੇਟਿਵ ਸੈੱਟ ਕੀਤਾ ਸੀ ਵੀ ਕਰਪਸ਼ਨ ਖਤਮ ਕਰ ਦੇਣੀ ਤੇ ਸਭ ਤੋਂ ਵੱਡੀ ਕਰਪਸ਼ਨ ਇਹ ਕਰ ਰਿਹਾ। ਜਿਹੜੇ ਬੀਬੀਆਂ ਨੂੰ ਕਹਿੰਦੇ ਸੀ 1000 ਰੁਪਿਆ ਅਸੀਂ ਤੁਹਾਨੂੰ ਮਹੀਨੇ ਦਾ ਦੇਣਾ ਤੇ 3 ਬਜਟ ਨਿਕਲ ਗਏ ਉਸ ਇਹਨਾਂ ਦੀ ਕਮਿਟਮੈਂਟ ਦਾ ਕੀ ਬਣਿਆ? ਜਿਹੜੇ ਕਹਿੰਦੇ ਸੀ ਸੁਰੱਖਿਆ ਨਹੀਂ ਲੈਣੀ ਤੇ ਉਸ ਕਮਿਟਮੈਂਟ ਦਾ ਕੀ ਬਣਿਆ? ਜਿਹੜੇ ਕਹਿੰਦੇ ਸੀ ਘਰ ਨਹੀਂ ਲੈਣੇ ਗੱਡੀਆਂ ਨਹੀਂ ਲੈਣੀਆਂ ਅੱਜ 1500 ਤੋਂ ਵੱਧ ਜਿਹੜੇ ਕਾਂਸਟੇਬਲ ਨਾਲ ਲੈ ਕੇ ਤੇ ਸਿਕਿਉਰਿਟੀ ਚੱਕੀ ਫਿਰਦੇ ਆ ਤੇ 5-5 ਕਿਲੋਮੀਟਰ ਦੇ ਇਹਨਾਂ ਦੇ ਗੱਡੀਆਂ ਦੇ ਕਾਫਲੇ ਆ ਤੇ ਜੇ ਇਹ ਸਾਰੀਆਂ ਗੱਲਾਂ ਝੂਠੀਆਂ ਕਰ ਸਕਦੇ ਆ ਤੇ ਇਹਨਾਂ ਨੂੰ ਝੂਠ ਤਾਂ ਹਾਲੇ ਵੀ ਬੋਲ ਹੀ ਸਕਦੇ। ਦੇਖੋ ਰਵੀਕਰਨ ਨੂੰ ਕੱਲ ਦਾ ਟੈਂਪਰੇਚਰ ਆ ਮੇਰੀ ਥੋੜੀ ਦੇਰ ਪਹਿਲਾਂ ਵੀ ਉਹਨਾਂ ਗੱਲ ਹੋਈ ਸੀ ਵੈਸੇ ਤੇ ਉਹ ਕਹਿੰਦੇ ਮੈਂ ਪਹੁੰਚ ਜਾਣਾ ਨਾ ਤੁਸੀਂ 5-4 ਦਿਨ ਹੱਸਾ ਰਿਹਾ ਹੀ ਆ ਜਿੱਦਾਂ ਮੈਂ ਤੁਹਾਨੂੰ 5-4 ਦਿਨ ਹੱਸਾ ਰਿਹਾ ਜਿੱਦਾਂ ਕੋਈ ਬੰਦਾ ਬਿਮਾਰ ਹੋ ਨਹੀਂ ਉਹਦੀ ਸਿਹਤ ਨਹੀਂ ਠੀਕ ਆ ਪਰ ਉਹਦੇ ਨਾਲ ਦੀ ਆ ਡੇਰਾ ਬਾਬਾ ਨਾਨਕ ਦੀ ਸਾਰੀ ਟੀਮ ਇੱਥੇ ਬੈਠੀ ਆ ਨਹੀਂ ਉਹ ਤੇਰੇ ਉਹਨਾਂ ਦੇ ਸਾਰੇ ਸਾਥੀ ਇੱਥੇ ਆ ਦਿੱਤੇ ਨਹੀਂ ਮੇਰੇ ਨਾਲ ਆਪ ਗੱਲ ਹੋਈ ਆ ਤੇ ਉਹ ਟੈਂਪਰੇਚਰ ਐਕਟ ਸਰ ਇੱਕ ਮੌਕਾ ਹੋਰ ਕਹਿ ਰਿਹਾ ਜੀ ਬਾਰ ਬਾਰ ਇੱਕ ਮੌਕਾ ਹੋਰ ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ ਪਹਿਲਾਂ ਵੀ ਕਹਿੰਦਾ ਸੀ ਵੀ ਇੱਕ ਮੌਕਾ ਦੇ ਦਿਓ ਲੋਕਾਂ ਨੂੰ ਨਹੀਂ ਸੀ ਪਤਾ ਇਹਨੇ ਕੀ ਕਰਨਾ ਪਰ ਹੁਣ ਜਦੋਂ 328 ਕਰੋੜ ਦੀ ਠੱਗੀ ਮਾਰੀ ਹੈ ਤੇ ਪਤਾ ਲੱਗਿਆ ਵੀ ਮੌਕਾ ਕਾਹਦੇ ਵਾਸਤੇ ਹੁਣ ਠੱਗੀ ਵਾਸਤੇ ਦੂਜਾ ਮੌਕਾ ਨਹੀਂ ਦਿੱਤਾ ਜਾ ਸਕਦਾ। ਇਹੀ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਹ ਚੀਜ਼ਾਂ ਲੋਕਾਂ ਨੂੰ ਦੱਸੋ
ਮੈਂ ਤਾਂ ਇਹੀ ਕਹਿ ਰਿਹਾ ਵੀ ਪਿਛਲਾ ਜਿੰਨਾ ਵੀ ਹੁਣ ਤੱਕ ਇੰਪਲਾਇਮੈਂਟ ਦਾ ਰੌਲਾ ਸੀ, ਰੁਜ਼ਗਾਰ ਦਾ, ਸਾਰਾ ਕਾਗਜ਼ਾਂ 'ਚ ਹੀ ਰਹਿ ਗਿਆ। ਇਸ਼ਤਿਹਾਰ ਬਹੁਤ ਆਏ, ਐਡਵਰਟਾਈਜ਼ਮੈਂਟਾਂ ਬਹੁਤ ਆਈਆਂ, ਲੇਕਿਨ ਜਾਇਨਿੰਗ ਕਿਤੇ ਨਹੀਂ ਹੋਈ। ਜੇ ਸਿਲੈਕਸ਼ਨਾਂ ਹੋਈਆਂ ਤੇ ਦੂਜੀਆਂ ਸਟੇਟਾਂ ਦੇ ਨੌਜਵਾਨਾਂ ਦੀਆਂ ਹੋਗੀਆਂ, ਪੰਜਾਬ ਦੇ ਨੌਜਵਾਨ ਸਾਡੇ ਸਿਲੈਕਟ ਉਹਨਾਂ 'ਚ ਨਹੀਂ ਹੋਏ। ਦੇਖੋ ਮੈਰੀਟੋਰੀਅਸ ਸਕੂਲ ਤਾਂ ਇਹਨਾਂ ਨੇ ਜੈਲਸੀ ਕਰਕੇ ਤਬਾਹ ਕਰ ਦਿੱਤੇ। ਉਹ ਦੇਸ਼ ਦੇ ਵਿੱਚ ਵਨ ਆਫ ਦੀ ਬੈਸਟ ਪ੍ਰੋਜੈਕਟ ਸੀਗਾ ਸਾਡੀ ਸਰਕਾਰ ਦਾ, ਜਿਹਨੂੰ ਦੂਜੀਆਂ ਸਟੇਟਾਂ ਦੇ ਜਿਹੜੀਆਂ ਟੀਮਾਂ ਦੇਖਣ ਵਾਸਤੇ ਆਉਂਦੀਆਂ ਸੀ, ਸਟੱਡੀ ਕਰਨ ਵਾਸਤੇ ਆਉਂਦੀਆਂ ਸੀ, ਪਰ ਇਹਨਾਂ ਨੇ ਇਸੇ ਜੈਲਸੀ ਕਰਕੇ ਕਿ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰੋਜੈਕਟ ਹੈ, ਉਹਨਾਂ ਦੇ ਨਾਮ ਨਾਲ ਜੁੜਿਆ ਹੋਇਆ, ਇਹਨਾਂ ਨੇ ਉਹਦੇ ਸਟਾਫ ਵੀ ਭਰਤੀ ਬੰਦ ਕਰ ਦਿੱਤੀ, ਉਹਦੀ ਬੱਚਿਆਂ ਦੀ ਐਡਮਿਸ਼ਨ ਵੀ ਰੈਗੂਲਰ ਨਹੀਂ ਹੁੰਦੀਆਂ, ਜਿਹੜੀਆਂ ਫੈਸਿਲਿਟੀਜ਼ ਮਿਲਦੀਆਂ ਸੀ ਬੱਚਿਆਂ ਨੂੰ ਵੀ ਵੇਟਲਾ ਕਰ ਲਈਆਂ। ਉਹਦਾ ਓਵਰਆਲ ਸਟੈਂਡਰਡ ਉਹਨਾਂ ਦਾ ਸਕੂਲਾਂ ਦਾ ਬਹੁਤ ਥੱਲੇ ਲੈ ਆਉਂਦਾ, ਇਹ ਬਹੁਤ ਸਟੇਟ ਵਾਸਤੇ ਬੜਾ ਜਿਹੜਾ ਇਹਦਾ ਕੰਮ ਹੈ। ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਆਪੋਨੈਂਟਸ ਜਿਹੜੇ ਤੁਹਾਡੇ ਨਾਲ ਵਿਧਾਨ ਸਭਾ 'ਚ ਵੀ ਰਹੇ ਨੇ? ਦੇਖੋ ਆਪੋਨੈਂਟਸ ਦੀ ਗੱਲ ਹੈ ਕਿ 1 ਜੂਨ ਨੂੰ ਵੋਟਾਂ ਪੈਣੀਆਂ ਤੇ ਰੰਧਾਵਾ ਸਾਹਿਬ ਕਹਿੰਦੇ ਆ ਕਿ ਜ਼ਮੀਰ ਦੀ ਆਵਾਜ਼ ਸੁਣਾਂਗੇ ਤੇ ਰੰਧਾਵਾ ਸਾਹਿਬ ਨੂੰ ਚੁਣਾਂਗੇ। ਹੁਣ 1 ਤਰੀਕ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ, ਸਾਰੇ ਲੋਕਾਂ ਨੂੰ ਪਤਾ, ਔਰ ਰੰਧਾਵਾ ਸਾਹਿਬ ਦੇ ਪਿਤਾ ਜੀ ਨੇ ਸਵਾਗਤ ਕੀਤਾ ਸੀ, ਇਸ ਕਰਕੇ ਲੋਕੀ ਜ਼ਮੀਰ ਦੀ ਆਵਾਜ਼ ਸੁਣਗੇ, 1 ਤਰੀਕ ਨੂੰ ਸਜ਼ਾ ਦੇਣਗੇ। ਸਵਾਏ ਵੰਡੈਟਾ ਪੋਲੀਟਿਕਸ ਤੋਂ, ਸਵਾਏ ਪਰਚਿਆਂ ਤੋਂ ਕੋਈ ਕੰਮ ਇਹ ਨਹੀਂ ਦੱਸ ਸਕਦੇ ਕਿ ਜਿਹੜਾ ਕੀਤਾ। ਇਹੀ ਲੋਕਾਂ ਦੀ ਨਾਰਾਜ਼ਗੀ ਹੈ ਕਿ ਪਿਛਲੇ ਜਿੰਨੇ MP ਬਣਦੇ ਰਹੇ ਆ, ਜਾਂ ਤਾਂ ਲੋਕਾਂ ਵਿੱਚ ਹੀ ਨਹੀਂ ਆਉਂਦੇ ਰਹੇ, ਨਾ ਪਾਰਲੀਮੈਂਟ ਜਾਂਦੇ ਰਹੇ। ਪਿੱਛੇ ਸੰਨੀ ਦਿਓਲ ਬਣਿਆ, ਉਹਨੇ ਵੀ ਇਹੀ ਕੁਛ ਕੀਤਾ। ਜੇ ਸੁਨੀਲ ਜਾਖੜ ਜੀ ਬਣੇ ਤਾਂ ਉਹਨਾਂ ਨੇ ਵੀ ਇਹੀ ਕੁਛ ਕੀਤਾ। ਪਰਚਿਆਂ ਦੇ ਵਿੱਚ ਤਾਂ ਸੁਨੀਲ ਜਾਖੜ ਜੀ ਨੇ ਹੱਥ ਵਟਾਇਆ, ਕਿਉਂਕਿ ਉਦੋਂ ਉਹਨਾਂ ਦੀ ਸਰਕਾਰ ਸੀ, ਆਪਣੇ MLA ਨਾਲ ਖੜ ਕੇ ਉਹਨਾਂ ਨੇ ਕਾਫੀ ਹੱਥ ਵਟਾਇਆ, ਉਹਨਾਂ ਨੇ ਵੀ ਇਸੇ ਕਰਕੇ। ਹੁਣ ਜਦੋਂ BJP ਦਾ ਨੁਮਾਇੰਦਾ ਫਾਰਮ ਭਰਨਾਇਆ ਸੀ ਤੇ ਮੈਨੂੰ ਪਤਾ ਲੱਗਿਆ ਵੀ ਚੇਚੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਇੱਥੇ MP ਰਹੇ ਆ, ਇਸ ਕਰਕੇ ਕਿਰਪਾ ਕਰਕੇ ਇਹਨਾਂ ਨੂੰ ਉੱਥੇ ਨਾ ਭੇਜਣਾ, ਸਾਡਾ ਨੁਕਸਾਨ ਹੋਏਗਾ। ਦੇਖੋ ਗੱਲ ਇਹ ਹੈ ਕਿ ਜੇ ਲੋਕਾਂ 'ਚ ਇਹ ਆਵਾਜ਼ ਹੈ ਤਾਂ ਪਹਿਲਾਂ ਕਿਉਂ ਨਹੀਂ ਹੋ ਗਿਆ? ਗੱਲ ਅਸੂਲਾਂ ਦੀ ਹੁੰਦੀ ਹੈ, ਪਾਰਟੀਆਂ ਅਲੱਗ ਅਲੱਗ ਹੈ। ਪਹਿਲਾਂ ਮੁੱਦੇ ਆ ਪੰਜਾਬ ਦੇ, ਲੋਕਾਂ ਦੇ ਮੁੱਦੇ ਆ, ਪੰਥ ਦੇ ਮੁੱਦੇ ਆ। ਜੇ ਮੁੱਦਾ ਕੋਈ ਐਡਰੈਸ ਨਹੀਂ ਕਰੋਗੇ ਤਾਂ ਅਲਾਇੰਸ ਕਿੱਦਾਂ ਹੋ ਜਾਂਦਾ ਤੇ ਬਾਅਦ 'ਚ ਕਿੱਦਾਂ ਹੋ ਜਾਊਗਾ? ਇਸ ਕਰਕੇ ਅਸੀਂ ਆਪਣੇ ਦਮ ਦੇ ਉੱਤੇ ਚੋਣਾਂ ਲੜਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦਾ 103 ਸਾਲ ਦਾ ਇਤਿਹਾਸ ਹੈ, ਅਸੀਂ ਅੱਗੇ ਦੇਸ਼ ਨੂੰ ਬੜੀ ਵੱਡੀ ਜਿਹੜੀ ਹੈ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਪਾਸ ਕਰਕੇ ਸੇਧ ਦਿੱਤੀ ਹੈ, ਔਰ ਸਾਡੇ ਜਿਹੜੇ ਪਾਸ ਕੀਤੇ ਰੈਵੋਲੂਸ਼ਨ ਆ, ਜਿਹੜੇ ਰੈਜੂਲੇਸ਼ਨ ਆ, ਉਹ ਸਰਕਾਰੀ ਕਮਿਸ਼ਨ ਤੱਕ ਰੈਫਰ ਹੋਏ ਆ, ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਐਂਡੋਰਸ ਕੀਤਾ ਗਿਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਵੀ ਉਹ ਸ਼ਕਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬਾਕੀ ਸੂਬਿਆਂ ਦੀਆਂ ਪਾਰਟੀਆਂ ਵੀ ਜਾਗਣ। ਇਹ ਜਿਹੜਾ ਸਾਰਾ ਸੈਂਟਰਲਾਈਜੇਸ਼ਨ ਦਾ ਕੰਮ ਚੱਲ ਰਿਹਾ ਔਰ ਜਿਹੜਾ ਫੈਡਰਲ ਅਰੋਜ਼ਨ ਦੇਸ਼ ਦੇ ਵਿੱਚ ਹੋ ਰਹੀ ਹੈ, ਇਹਦੇ 'ਤੇ ਸਾਰੇ ਡਟ ਕੇ ਪਹਿਰਾ ਦੇਣ, ਤਾਂ ਹੀ ਦੇਸ਼ ਮਜ਼ਬੂਤ ਹੋ ਸਕਦਾ। ਜੇ ਸੂਬੇ ਮਜ਼ਬੂਤ ਹੋਣਗੇ ਦੇਸ਼ ਤਾਂ ਹੀ ਮਜ਼ਬੂਤ ਹੋਏਗਾ। ਦੇਖੋ ਗੱਲ ਇਹ ਹੈ ਵੀ SYL ਦੇ ਉੱਤੇ ਤੇ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕਰ ਦਿੱਤਾ, 2016 ਦੇ ਵਿੱਚ SYL ਦੇ ਉੱਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਗਈ ਸੀ ਕਿ SYL ਨਹਿਰ ਕੱਢੀ ਜਾਏ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਮੈਂ ਵੀ ਉਹਦੇ ਵਿੱਚ ਕੈਬਨਿਟ ਦੇ ਵਿੱਚ ਵਜ਼ੀਰ ਸੀਗਾ। ਇਹ ਪਹਿਲੀ ਵਾਰੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਰੱਦ ਕਰਕੇ ਪੰਜਾਬ ਅਸੈਂਬਲੀ ਨੇ
ਜਿਹੜੀ ਜ਼ਮੀਨ ਆ 30 ਸਾਲ ਪਹਿਲਾਂ ਕਿਸਾਨਾਂ ਨੇ ਤੋਂ ਅਕਵਾਇਰ ਹੋਈ ਸੀ ਐਸ ਬੀ ਐਲ ਨਹਿਰ ਵਾਸਤੇ, ਉਹ ਜ਼ਮੀਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹਨਾਂ ਨੂੰ ਵਾਪਸ ਕਰਕੇ ਉਹਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਔਰ ਇਹ ਕਹਿ ਦਿੱਤਾ ਅਸੈਂਬਲੀ ਦੇ ਫਲੋਰ ਦੇ ਉੱਤੇ ਕਿ ਨਾ ਸਾਡੇ ਕੋਲ ਇੱਕ ਬੂੰਦ ਪਾਣੀ ਹੈ, ਨਾ ਸਾਡੇ ਕੋਲ ਨਹਿਰ ਵਾਸਤੇ ਜ਼ਮੀਨ ਹੈ, ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬਾਂਸਰੀ। ਇਹ ਬਾਦਲ ਸਾਹਿਬ ਦੇ ਸ਼ਬਦ ਆ ਪੰਜਾਬ ਵਿਧਾਨ ਸਭਾ ਦੇ ਵਿੱਚ, ਅਤੇ ਇਸ ਤੋਂ ਉੱਤੇ ਤਾਂ ਕੋਈ ਕਰ ਹੀ ਨਹੀਂ ਸਕਦਾ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਬਾਅਦ। ਇਹ ਤਾਂ ਕਾਂਗਰਸ ਨੂੰ ਪੁੱਛੋ ਜਿਨ੍ਹਾਂ ਨੇ ਸਾਰਾ ਸਿਆਪਾ ਐਸ ਬੀ ਐਲ ਦਾ ਕ੍ਰੀਏਟ ਕੀਤਾ ਸੀ। ਦੇਖੋ ਅਸੀਂ ਤਾਂ ਕੇਂਦਰ ਸਰਕਾਰ ਤੋਂ ਵੀ ਹਿਸਾਬ ਮੰਗਣਾ, ਸੂਬੇ ਦੀ ਸਰਕਾਰ ਤੋਂ ਵੀ ਹਿਸਾਬ ਮੰਗਣਾ, ਅਤੇ ਕਾਂਗਰਸ ਦਾ ਵੀ 5 ਸਾਲ ਦਾ ਹਿਸਾਬ ਕਿਤਾਬ ਜਿਹੜਾ ਉਹ ਜਨਤਾ ਲੈਣਾ ਚਾਹੁੰਦੀ। ਅਸੀਂ ਸਾਰਿਆਂ ਨੂੰ ਲੋਕਾਂ ਦੀ ਕਚਹਿਰੀ 'ਚ ਘੇਰਾਂਗੇ। ਇਸ ਕਰਕੇ ਡੈਮੋਕ੍ਰੇਸੀ ਦੇ ਵਿੱਚ ਇਸੇ ਤਰੀਕੇ ਕੰਮ ਚੱਲਦਾ। ਅਸੀਂ ਹਰ ਇਸ਼ੂ ਹਰ ਪਾਰਟੀ ਦੇ ਤੋਂ ਪੁੱਛਾਂਗੇ, ਫੈਸਲਾ ਜਨਤਾ ਨੇ ਕਰਨਾ।